ਸਭ ਤੋਂ ਪਹਿਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੀ ਬਹੁਤ ਪਿਆਰ ਭਰੀ ਫਤਿਹ ਆਪ ਸਭ ਨੂੰ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਨੇ ਮਹਾਨ ਪੁਰਸ਼ ਵਿਦਵਾਨ ਸੱਜਣ ਦਾਸ ਗੁਰੂ ਆਸੀਸ ਦੇਣ ਵਾਸਤੇ ਆਏ ਹਨ ਕਿ ਜੋ ਗੱਲਾਂ ਬੁੱਧੀ ਨਾਲ ਸੰਬੰਧਿਤ ਹਨ, ਜੋ ਮਸਲੇ ਅਕਲ ਨਾਲ ਸੰਬੰਧਿਤ ਨੇ, ਉਹਨਾਂ ਦਾ ਨਿਸਤਾਰਾ ਵੀ ਬੁੱਧੀ ਨਾਲ ਅਕਲ ਨਾਲ ਕਰ ਲੈਣਾ ਚਾਹੀਦਾ ਹੈ। ਲੜਾਈ ਵਾਲੀ ਤਾਂ ਕੋਈ ਗੱਲ ਹੀ ਨਹੀਂ। ਹਾਂ, ਜੋ ਕੁਛ ਸਾਡੇ ਵੀਰ ਕਹਿੰਦੇ ਨੇ ਉਹ ਇਤਨੇ ਸ਼ਬਦ ਮਾੜੇ ਹੁੰਦੇ ਨੇ ਸਾਡੇ ਪ੍ਰਤੀ ਵੀ ਅਤੇ ਗੁਰੂ ਮਹਾਰਾਜ ਪ੍ਰਤੀ ਵੀ, ਉਹ ਕਦੇ ਕਦੇ ਸੁਣਨੇ ਔਖੇ ਨਹੀਂ ਹੁੰਦੇ। ਇਹ ਉਹਨਾਂ ਨੂੰ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਜੇ ਵਿਚਾਰ ਕਰਨੀ ਹੈ ਤਾਂ ਵਿਚਾਰਾਂ ਨਾਲ ਕਰਨ ਗੱਲ ਕਰ ਸਕਣ। ਮੈਂ ਤਾਂ ਇਹਦੇ ਵਿੱਚ ਜੋ ਸੱਜਣ ਵਿਰੋਧ ਕਰਦੇ ਨੇ ਉਹਨਾਂ ਨੇ ਦੋ ਪੱਥਰ ਜਿਹੜੇ ਮੇਰੇ ਸੰਬੰਧ ਵਿੱਚ ਦੋ ਲੇਖ ਲੱਗੇ ਨੇ ਉਹ ਇਸੇ ਕਰਕੇ ਲਗਾਏ ਹਨ ਕਿ ਦੇਖਣ ਦਸਮ ਪੱਥਰ ਅਸ਼ਲੀਲ ਹੈ ਕਿ ਉਹਨਾਂ ਦੇ ਪੱਥਰ ਅਸ਼ਲੀਲ। ਉਹਨਾਂ ਦੇ ਪੱਥਰਾਂ ਵਿੱਚ ਦੀ ਸ਼ਾਲੀਨਤਾ ਆਪਣੇ ਪਲ ਹੈ। ਜਿਹੜਾ ਪ੍ਰਯੋਜਨ ਇਸ ਪੁਸਤਕ ਦਾ ਹੈ ਉਹ ਇਹੋ ਹੀ ਹੈ ਕਿ ਜਿਹੜੇ ਭੁਲੇਖੇ, ਜਿਹੜੇ ਇੱਕ ਝੂਠੇ ਆਧਾਰ ਸਿਰਜੇ ਸਨ ਡਾਕਟਰ ਰਤਨ ਸਿੰਘ ਜੱਗੀ ਹੋਰਾਂ ਨੇ ਆਪਣੇ ਥੀਸਿਸ ਵਿੱਚ, ਬਹੁਤ ਸਾਰੀਆਂ ਗਲਤ ਬਿਆਨੀਆਂ, ਸਾਡੇ ਪੁਸਤਕ ਗਲਤ ਬਿਆਨੀ ਹੈ ਕਿ ਰਾਈਟਿੰਗ ਬੀੜਾਂ ਦੀ ਦੇ ਆਧਾਰ ਉੱਤੇ ਸਥਾਪਿਤ ਕਰਨਾ ਕਿ ਇਹ ਬੀੜ ਤੇ ਪੁਰਾਣੀ ਹੋ ਨਹੀਂ ਸਕਦੀ। ਪਟਨਾ ਸਾਹਿਬ ਵਾਲੀ ਬੀੜ ਦੀ ਗੱਲ ਹੈ ਔਰ ਪੱਤਰਾ ਕਿਸੇ ਹੋਰ ਬੀੜ ਦਾ ਲਗਾਉਣਾ, ਕਾਪੀ ਫੋਟੋ ਕਾਪੀ ਕਿਸੇ ਹੋਰ ਬੀੜ ਵਿੱਚ ਲੈ ਰਹੇ ਨੇ, ਰਾਈਟਿੰਗ ਕਿਸੇ ਹੋਰ ਬੀੜ ਦੀ ਦਰਸਾ ਰਹੇ ਨੇ ਤੇ ਕਹਿ ਰਹੇ ਨੇ ਕਿ ਰਾਈਟਿੰਗ ਨਵੀਂ ਹੈ ਇਸ ਕਰਕੇ ਬੀੜ ਨਹੀਂ ਪੁਰਾਣੀ ਹੋ ਨਹੀਂ ਸਕਦੀ। ਭਾਈ ਮਨੀ ਸਿੰਘ ਦਾ ਪੱਤਰ ਹੈ, ਇੱਕ ਪਾਸੇ ਡਾਕਟਰ ਰਤਨ ਸਿੰਘ ਜੱਗੀ ਕਹਿ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਨਿਪ ਆ ਚੁੱਕੀ ਸੀ, ਦੂਜੇ ਪਾਸੇ ਕਹਿੰਦੇ ਨੇ ਭਾਈ ਮਨੀ ਸਿੰਘ ਦੇ ਵੇਲੇ ਨਿਪ ਹੋ ਹੀ ਨਹੀਂ ਸਕਦੀ। ਜਿਹੜਾ ਆਪ ਸੋਚਿਓ ਸਹੀ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਤੋਂ ਭਾਈ ਮਨੀ ਸਿੰਘ ਤੋਂ ਬਹੁਤ ਸਮਾਂ ਪਹਿਲਾਂ ਨਹੀਂ ਸੀ। ਪਹਿਲਾਂ ਉਹਨੇ ਨਿਪ ਦੀ ਹਿਸਟਰੀ ਪੜ੍ਹੀ ਹੈ ਕਿ ਨਿਪ ਕਦੋਂ ਬਣੀ ਸੀ। ਸੋ ਇਹ ਇਹੋ ਜਿਹੇ ਮਸਲੇ ਸਨ, ਇਹੋ ਜਿਹੇ ਮੁੱਦੇ ਸਨ ਜਿਹਨਾਂ ਦਾ ਜਵਾਬ ਦੇਣਾ ਜ਼ਰੂਰੀ ਸੀ। ਅਤੇ ਅਸੀਂ ਅੱਜ ਤੋਂ ਨਹੀਂ, ਬਹੁਤ ਪਹਿਲਾਂ ਪੰਨੂ ਸਾਹਿਬ, ਮੈਂ ਇਹ 10 ਸਾਲ ਤੋਂ ਜਿਹੜੀ ਲੜਾਈ ਅਸੀਂ ਦਸਮ ਗ੍ਰੰਥ ਦੇ ਹੱਕ ਵਿੱਚ ਜਿਹੜੀ ਲੜੀ ਹੈ, ਮੈਂ ਸਮਝਦਾ ਵੀ ਡਾਕਟਰ ਜੋਤ ਸਿੰਘ, ਡਾਕਟਰ ਪਾਲ ਸਿੰਘ ਪੰਨੂ ਅਤੇ ਮੈਂ, ਅਸੀਂ ਬੜੀਆਂ ਗੱਲਾਂ ਕਰਦੀਆਂ ਨੇ, ਬੜਾ ਕੁਛ ਸਾਡੇ ਵਿਰੁੱਧ ਲਿਖਿਆ ਗਿਆ, ਕਦੇ ਆਰ ਐਸ ਐਸ ਦੇ ਏਜੰਟ ਲਿਖ ਦਿੰਦੇ ਨੇ, ਕਦੇ ਕੁਝ ਲਿਖ ਦਿੰਦੇ ਨੇ, ਕਦੇ ਕੁਝ, ਬਹੁਤ ਗੰਦੀਆਂ ਗੰਦੀਆਂ ਗਾਹਾਂ ਜਿਹੜੀਆਂ ਨੇ ਉਹ ਅਸੀਂ ਚੱਲੀਆਂ ਇਸ ਸੰਬੰਧ ਵਿੱਚ। ਫਿਰ ਵੀ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਸਿੱਖ ਹਾਂ, ਅਸੀਂ ਮੰਦੇ ਲਫ਼ਜ਼ ਜਿਹੜੇ ਨੇ ਉਹ ਕਿਸੇ ਮੰਦੇ ਲਫ਼ਜ਼ਾਂ ਦਾ ਜਵਾਬ ਮੰਦੇ ਲਫ਼ਜ਼ਾਂ ਨਾਲ ਨਹੀਂ ਦੇਣਾ। ਇਹ ਭਰਾ ਨੇ ਸਾਡੇ ਜੇ ਗੁਮਰਾਹ ਦਾ ਹੋਣ ਅਤੇ ਫਿਰ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੀ ਨਿੰਦਿਆ ਕਿਵੇਂ ਕਰਦੇ। ਜੇ ਮੰਨ ਲਿਆ ਵੀ ਮੇਰੇ ਮਨ ਵਿੱਚ ਇਹ ਸ਼ੰਕਾ ਹੋਵੇ ਕਿ ਇਹ ਬਾਣੀ 99% ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਹੋ ਸਕਦੀ, ਤਾਂ ਵੀ 1% ਸੰਭਾਵਨਾ ਹੈ। 1% ਦੀ ਜੇ ਸੰਭਾਵਨਾ ਹੋਈ, ਜੇ ਕਿਸੇ ਬਾਣੀ ਵਿੱਚ 2 ਪੰਕਤੀਆਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਹੋਣ ਅਤੇ ਉਸ ਬਾਣੀ ਦੇ ਲਿਖਤ ਨੂੰ ਕੱਢੀਆਂ ਹੋਈਆਂ ਗਾਹਾਂ, ਇਹ ਗੁਰੂ ਨੂੰ ਕੱਢੀਆਂ ਹੋਈਆਂ ਗਾਹਾਂ, ਇਹ ਤੇ ਗੁਰੂ ਦਾ ਨਿਰਾਦਰ ਹੈ। ਤੇ ਗੁਰੂ ਦਾ ਨਿਰਾਦਰ ਜਿਹੜਾ ਕਰਦਾ ਹੈ ਰੱਬ, ਉਸਦੀ ਅਕਲ ਖਰਾਬ ਕਰ ਦਿੰਦਾ ਹੈ। ਪ੍ਰੋਫੈਸਰ ਦਰਸ਼ਨ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਨੇ, ਪੰਥਕ ਦਾ ਬੜਾ ਸਨਮਾਨ ਦਿੱਤਾ ਹੈ। ਜਿਸ ਸੀਟ ਤੇ ਬੈਠੇ ਸਨ, ਜਿਸ ਸੀਟ ਤੋਂ ਪੰਥ ਨੂੰ ਹੁਕਮਨਾਮੇ ਜਾਰੀ ਕਰਦੇ ਸਨ, ਉਸ ਸੀਟ ਉੱਤੇ ਬੈਠ ਕੇ ਅਭਿਮਾਨ ਸਹਿਤ ਕਹਿਣ ਕਿ ਪੰਥ ਮੇਰੇ ਪੇਸ਼ ਹੋਏ, ਮੈਂ ਪੰਥ ਤੇ ਪੇਸ਼ ਨਹੀਂ ਹੋਣਾ, ਇਹ ਬੁੱਧੀ ਖਰਾਬ ਕਰ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਜਿਹਨਾਂ ਨੂੰ ਉਹਨੇ ਗਾਲਾਂ ਕੱਢੀਆਂ ਨੇ ਤੇ ਝੂਠ ਬੋਲਦੇ ਨੇ। ਮੈਂ ਭੋਪਾਲ ਮਈ ਜੂਨ ਦੇ ਮਹੀਨੇ ਵਿੱਚ ਗਿਆ ਸਾਂ, ਮਈ ਦੇ ਅੰਦਰ ਗਿਆ ਸਾਂ, ਉਸ ਵੇਲੇ ਉੱਥੇ ਇਹਨਾਂ ਦਾ ਲੈਕਚਰ ਸੁਣ ਕੇ ਤੇ ਮੈਨੂੰ ਤੇ ਪਹਿਲਾਂ ਹੀ ਭੋਪਾਲ ਪਹੁੰਚਿਆ।
ਪਰੰਤੂ ਇਹ ਜੇ ਸੰਬੰਧਾਂ ਕੋਲ ਠਹਿਰੇ ਸਨ ਉਹ ਇੰਨਾ ਘਟੀਆ ਸੀ ਮੈਨੂੰ ਪਤਾ ਸੀ ਇਹ ਵਿਆਹ ਤੇ ਹੋਏ ਮਾਰ ਗੁਰੂ ਕਰੀ ਮੈਂ ਉੱਥੇ ਇਸ ਕਰਕੇ ਨਹੀਂ ਗਿਆ ਮੈਂ ਇਹਨਾਂ ਤੋਂ ਵਕਤ ਵੀ ਲੈ ਲਿਆ ਸੀ ਤੋ ਮੇਰਾ ਇਹ ਨਿਵੇਦਨ ਹੈ ਕਿ ਦਸਮ ਪਾਤਸ਼ਾਹ ਸ੍ਰੀ ਹਜ਼ੂਰ ਦੀ ਬਾਣੀ ਮੈਂ ਕੀ ਸਮਝਿਆ ਬਹੁਤ ਲੰਬੀਆਂ ਚੋੜੀਆਂ ਗੱਲਾਂ ਨਾ ਕਰੀਏ ਮੈਂ ਇਹ ਸਮਝਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਵਿਸ਼ਵ ਦਾ ਗ੍ਰੰਥ ਹੈ ਦਸਮ ਗ੍ਰੰਥ ਸਿੱਖ ਪੰਥ ਦਾ ਗ੍ਰੰਥ ਸ੍ਰੀ ਦਸਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਅਧਿਆਤਮਿਕਤਾ ਹੈ ਜਿਸ ਦੀ ਲੋੜ ਹਰ ਮਨੁੱਖ ਨੂੰ ਹੈ ਗੁਰੂ ਗ੍ਰੰਥ ਸਾਹਿਬ ਦੀ ਸਮੱਸਿਆ ਜਿਹੜੀ ਹੈ ਉਹ ਸਿੱਖ ਬਣਾਉਣਾ ਨਹੀਂ ਹੈ ਇਰਫਾਨ ਚੰਗਾ ਇਨਸਾਨ ਕਰਨਾ ਉੱਥੇ ਮਨੁੱਖ ਦੀ ਸਮੱਸਿਆ ਕਿਹਦੀ ਹੈ ਕਾਮ ਕ੍ਰੋਧ ਦੋ ਮਨੁੱਖਾ ਤੇ ਉਹਦਾ ਇਲਾਜ ਕੀ ਹੈ ਨਾਮ ਦਾਰੂ ਕਿਹੜਾ ਨਾਮ ਦਸਮ ਗ੍ਰੰਥ ਕੀ ਹੈ ਜਿਹੜਾ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੈਦਾ ਕਰਦਾ ਹੈ ਦੇਖੋ ਸਾਡੇ ਸਹਿਜਧਾਰੀ ਵੀ ਹੁੰਦੇ ਸਨ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਸੀ ਉਹ ਸਹਿਜਧਾਰੀ ਤੱਕ ਰਹਿ ਜਾਂਦੇ ਸਨ ਅਸੀਂ ਨਾਲ ਦਸਮ ਗ੍ਰੰਥ ਦੀ ਬਾਣੀ ਪੜ੍ਹਦੇ ਸਨ ਤੇ ਅਸੀਂ ਖਾਲਸੇ ਬਣ ਜਾਂਦੇ ਸਨ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਸੰਤ ਬਣਾ ਦਿੱਤਾ ਦਸਮ ਗ੍ਰੰਥ ਨੇ ਉਸ ਸੰਤ ਨੂੰ ਸੰਤ ਸਿਪਾਹੀ ਦਸਮ ਗ੍ਰੰਥ ਨੇ ਉਹਨੂੰ ਸਿਪਾਹੀ ਬਣਾਤਾ ਜਾਂ ਸੰਤ ਬਣ ਗਿਆ ਤੋ ਸੰਤ ਸਿਪਾਹੀ ਵਾਲਾ ਜਿਹੜਾ ਗੁਰਮਤੀ ਜੀਵਨ ਹੈ ਮਾਨਵ ਦੀ ਕਲਿਆਣ ਵਾਲਾ ਜੀਵਨ ਹੈ ਉਹਦੀ ਘਾਟ ਵਿੱਚ ਦਸਮ ਗ੍ਰੰਥ ਦਾ ਜਿਹੜਾ ਹਿੱਸਾ ਹੈ ਉਹ ਤੁਸੀਂ ਹਟਾ ਕੇ ਦੇਖ ਲਓ ਸਿੱਖ ਸੰਤ ਸਿਪਾਹੀ ਨਹੀਂ ਕਿਸੇ ਕੇ ਸਿੱਖ ਸੰਤ ਸਿਪਾਹੀ ਨਹੀਂ ਰਹਿ ਸਕੇ ਤੇ ਫਿਰ ਸਿੱਖ ਪੰਥ ਪੰਥ ਵੀ ਨਹੀਂ ਰਹਿ ਸਕੇਗਾ ਕਿਉਂ ਨਹੀਂ ਰਹਿ ਸਕੇਗਾ ਕਿਉਂਕਿ ਪੰਥ ਨੂੰ ਇੱਕ ਗ੍ਰੰਥ ਦੀ ਛਤਰ ਛਾਇਆ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦਾ ਨਹੀਂ ਹੈ ਇਹ ਸਾਰੇ ਸੰਸਾਰ ਦਾ ਹੈ ਧਿਆਨ ਰੱਖਣਾ ਇਹ ਜਿਹੜਾ ਕਬਜ਼ਾ ਕਰੀ ਬੈਠੇ ਗੁਰੂ ਗ੍ਰੰਥ ਸਾਹਿਬ ਤੇ ਵੀ ਸਿੱਖਾਂ ਦਾ ਹੈ ਸਿੱਖ ਹੀ ਪਾਠ ਕਰੂਗੇ ਇਹ ਬੜਾ ਵੱਡਾ ਪਾਪ ਹੈ ਇਹ ਗ੍ਰੰਥ ਸਾਰੇ ਸੰਸਾਰ ਦਾ ਹੈ ਦਸਮ ਗ੍ਰੰਥ ਸਾਡਾ ਹੈ ਸਾਡੇ ਪੰਥ ਇਹ ਪੰਥ ਬਣਾਉਂਦਾ ਹੈ ਇਹ ਖਾਲਸਾ ਪੰਥ ਦਾ ਆਧਾਰ ਹੈ ਇਸ ਕਰਕੇ ਖਾਲਸਾ ਇਹਨੂੰ ਵਾਰ ਵਾਰ ਪੜ੍ਹਦਾ ਸੀ ਤੇ ਜਿਹੜਾ ਵੀ ਦੂਜੇ ਮਤ ਵਿੱਚ ਰਹਿ ਕੇ ਸਾਡੇ ਧਰਮ ਦਾ ਸਤਿਕਾਰ ਕਰਦਾ ਸੀ ਬਾਣੀਆਂ ਦਾ ਸਤਿਕਾਰ ਕਰਦਾ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਸੀ ਸਹਿਜਧਾਰੀ ਜਪਜੀ ਪੜ੍ਹਦਾ ਸੀ ਤੇ ਜਿਹੜਾ ਖਾਲਸਾ ਸੀ ਉਹ ਜਪ ਤੇ ਜਾਪ ਪੜ੍ਹਦਾ ਸੀ ਇੱਕ ਕੰਪਲੀਟ ਇਨਸਾਨ ਬਣਾਉਣ ਵਾਸਤੇ ਦਸਮ ਗ੍ਰੰਥ ਦਾ ਪਾਠ ਜ਼ਰੂਰੀ ਹੈ ਉਸ ਤੋਂ ਬਿਨਾਂ ਪੜ੍ਹੇਗਾ ਇਸ ਕਰਕੇ ਜੇ ਇਸ ਨੂੰ ਰੱਦ ਕਰ ਦੇਣਗੇ ਜਿਵੇਂ ਮੇਰੇ ਪਹਿਲਾਂ ਵੀ ਕਹਿ ਗਏ ਤੁਸੀਂ ਧਿਆਨ ਨਾਲ ਦੇਖੋ ਜੋ ਵਿਅਕਤੀ ਦਸਮ ਗ੍ਰੰਥ ਤੇ ਕਿੰਤੂ ਕਰਦਾ ਹੈ ਉਹ ਪੂਰੇ ਤੇ ਕਿੰਤੂ ਉਹਨੂੰ ਕਰਨਾ ਹੀ ਪਵੇਗਾ ਉਹਨੂੰ ਪੂਰੇ ਤੇ ਕਿੰਤੂ ਕਰਨਾ ਹੀ ਪਵੇਗਾ ਜਿਹੜਾ ਬੰਦਾ ਚਰਿਤਰੋਪਾਖਿਆਨ ਤੋਂ ਮੁਨ ਕਰੇ ਚਰਿਤਰੋਪਾਖਿਆਨ ਮਤਲਬ ਕੋਈ ਸੰਸਾਰ ਦੇ ਵਿੱਚ ਮੈਨੂੰ ਵਿਚਰੇ ਨਜ਼ਰ ਨਹੀਂ ਆਉਂਦੀ ਉਹਦੀ ਤੇ ਸੰਰਚਨਾ ਦੇਖੋ ਇਤਨਾ ਵੱਡਾ ਨੀਤੀ ਸ਼ਾਸਤਰ ਜਿਹੜਾ ਦਸਮ ਗ੍ਰੰਥ ਵਿੱਚ ਪਿਆ ਕਿ ਜੋ ਵਿਅਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਬਾਣੀ ਪੜ੍ਹਦਾ ਹੈ ਬਸ ਆਉਣਾ ਉਹਨੇ ਜਾਪ ਪੜ੍ਹਨਾ ਜੋ ਜਾਪ ਪੜ੍ਹੇਗਾ ਜਪਜੀ ਦੇ ਨਾਲ ਉਹ ਸਭ ਸਿਪਾਹੀ ਬਣ ਜਾਏਗਾ ਤੇ ਫਿਰ ਉਹ 24 ਸਾਲਾਂ ਨਾਲ ਉਸ ਨੂੰ ਯੁੱਧ ਕਰ ਲਏ ਜਿਹੜਾ ਯੁੱਧ ਵਿੱਚ ਜਦੋਂ ਕੌਮ ਜੂਝੇਗੀ ਵਿਅਕਤੀ ਜੂਝੇਗਾ ਤਾਂ ਜੋ ਸੱਤਾ ਜਦੋਂ ਸੱਤਾ ਪ੍ਰਾਪਤ ਹੋ ਗਈ ਰਾਜਾ ਬਣ ਗਿਆ ਤੇ ਉੱਥੇ ਫਿਰ ਐਸ਼ੋ ਇਸ਼ਰਤ ਆ ਜਾਣਗੇ ਕਾਮ ਆ ਉਹ ਕਾਮ ਦੇ ਜਿਹੜਾ ਆਨੰਦ ਹੈ ਤੇ ਜਿਹੜੇ ਉਹਦੇ ਵਿੱਚ ਮੂਰਖਤਾ ਹੋਏ ਐਕਸ਼ਨ ਉਹ ਦਰਸਾਏ ਬਿਨਾਂ ਕਾਮ ਨੂੰ ਸਮਝਿਆ ਉਹਦੀ ਭਿਆਨਕਤਾ ਕਿਵੇਂ ਨਜ਼ਰ ਆਏਗੀ ਜਦੋਂ ਬੰਦਾ ਉਹੋ ਜਿਹੇ ਕਰਮ ਕਰਦਾ ਹੋਵੇ ਤੁਸੀਂ ਦੇਖੋ ਨਾ ਜੋ ਕਰਮ ਉਹਨੇ ਬਿਠਾਇਆ ਬੰਦੇ ਨੂੰ ਦੱਸ ਦਿੱਤਾ ਜਾਏ ਕਿ ਤੂੰ ਇਸ ਤਰ੍ਹਾਂ ਕਰਦਾ ਸੀ ਜਦੋਂ ਕੰਮ ਕਰਦਾ ਸੀ ਉਹਨੂੰ ਸ਼ਰਮ ਆਵੇ ਉਹ ਤੇ ਬੰਦੇ ਨੂੰ ਸ਼ਰਮਸਾਰ ਕਰਨਾ ਹੱਥ ਕਹਿੰਦੇ ਇਹਦਾ ਆਨੰਦ ਤੇ ਬੜਾ ਹੀ ਪਰ ਇਹਦੇ ਬਸ ਹੋ ਕੇ ਤੂੰ ਬਾਂਦਰ ਨਾਲ ਕੀ ਕੁਝ ਕਰਦਾ ਉਹ ਤੇ ਕਿਵੇਂ ਤੇਰੀ ਬੁੱਧੀ ਇਸਤਰੀ ਦੀ ਤੇ ਨਿਰਦੇ ਹੀ ਕੋਈ ਇਸਤਰੀ ਉੱਤੇ ਸਮਾਜ ਨੇ ਪਾ ਦਿੱਤਾ ਇਸ ਉੱਪਰ
ਇਸਤਰੀ ਦੀ ਕੋਈ ਨਿਖੇਧੀ ਨਹੀਂ। ਪਹਿਲਾ ਚਿੱਤਰ ਇਸਤਰੀ ਦੀ ਪੁਸਤਕ ਲਿਸਟ ਵਿੱਚ ਲਿਖਿਆ ਗਿਆ ਦੇਵੀ ਚਿੱਤਰ। ਔਰ ਧਿਆਨ ਨਾਲ ਦੇਖੋ ਮੇਰੇ ਵੀਰੋ, ਜਦੋਂ ਰਾਸਲੀਲਾ ਜਿੱਥੇ ਗੋਪੀਆਂ ਨੇ ਕੇਅਰ ਕਰਨੇ ਸਨ ਕ੍ਰਿਸ਼ਨ ਅਵਤਾਰ, ਰਾਸਲੀਲਾ ਦੇ ਵਰਣਨ ਤੋਂ ਪਹਿਲਾਂ ਵੀ ਦੇਵੀ ਉੱਤਰ ਨਾਰੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਚੰਡੀ ਚਿੱਤਰ ਵੀ ਲਿਖਦੇ ਸਨ, ਚੰਡੀ ਚਿੱਤਰ ਜਿਹੜਾ ਪੁਰਾਣਕ ਸੀ ਉਹ ਪਹਿਲਾਂ ਨਹੀਂ ਲਿਖਿਆ, ਪਹਿਲਾਂ ਲਿਖਿਆ ਚੰਡੀ ਚਿੱਤਰ ਪੁਖਤੀ ਬਿਨਾਂ। ਮੈਂ ਆਪਣੀ ਦਲੀਲ ਨਾਲ, ਮੈਂ ਆਪਣੇ ਵਿਜ਼ਨ ਵਿੱਚੋਂ ਚੰਡੀ ਕਿਹੜੀ ਲਿਖਦਾ, ਨਾਰੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਤੋ ਉਹਨਾਂ ਨੇ ਦੇਵੀ ਦੀ ਪੁਸਤਕ, ਨਾਰੀ ਦੀ ਪੁਸਤਕ, ਪਵਿੱਤਰ ਨਾਰੀ ਕਿਸ ਤਰ੍ਹਾਂ ਦੀ ਹੈ ਉਹਦਾ ਰੂਪ ਚਿਤ੍ਰਿਤ ਕੀਤਾ ਹੈ ਕ੍ਰਿਸ਼ਨ ਦੇ ਅਵਤਾਰ ਵਿੱਚ। ਔਰ ਜਦੋਂ ਉਹਦੇ ਕਾਮਕ ਰੂਪ ਚਰਿੱਤਰ ਪਾਠਿਆਨ ਵਿੱਚ ਵਰਣਿਤ ਕਰ ਰਹੇ ਸਨ, ਜਿਹਦੇ ਚੋਂ ਸਮਾਜ ਨੇ ਪਾਇਆ, ਜਿਹਦੇ ਚੋਂ ਰਾਜਿਆਂ ਨੇ ਪਾਇਆ, ਤਾਂ ਵੀ ਉਹਨਾਂ ਨੇ ਕਿਹਾ ਨਾਰੀ ਹੈ ਪਹਿਲਾ ਚਰਿੱਤਰ, ਉਹਦੀ ਪੁਸਤਕ ਦੀ ਉੱਤਰ, ਉਹਦੀ ਸਿਫਤ ਦੀ ਸਿਫਤ। ਤੇ ਫਿਰ ਉਹਨੂੰ ਨਾਰੀ ਨੂੰ ਪਾਉਣ ਵਾਲਾ ਕੌਣ ਹੈ? ਰਾਜਾ, ਰਾਜਾ ਹੈ, ਰਾਜਾ ਇੱਕ ਬਜ਼ੁਰਗ ਰਾਜਾ ਹੈ, ਬੁੱਢਾ ਹੋ ਗਿਆ, ਉਹਦਾ ਲੜਕਾ ਜਵਾਨ ਹੈ, ਵਿਆਹ ਉਹਦਾ ਹੋਣਾ ਚਾਹੀਦਾ ਕਿ ਉਹ ਇੱਕ ਕੁਆਰੀ ਕੁੜੀ ਨਾਲ ਇੱਕ ਬੱਚੀ ਨਾਲ ਵਿਆਹ ਕਰ ਲੈਂਦੇ। ਤੇ ਮੰਤਰੀ ਉਹਨੇ ਕਹਿੰਦੇ ਤੂੰ ਕਾਮ ਦਾ ਅੰਨਾ ਹੋ ਗਿਆ। ਉਹਨੂੰ ਫਿਰ ਚਰਿੱਤਰ ਸੁਣਾਉਂਦੇ ਨੇ ਵਾਰ ਵਾਰ ਕੇ, ਇਹ ਚਰਿੱਤਰ, ਇਹ ਚਰਿੱਤਰ, ਇਹ ਚਰਿੱਤਰ, ਇਸ ਤਰ੍ਹਾਂ ਧੋਖਾ ਕੰਮ ਨੇ ਕੀਤਾ, ਇਸ ਤਰ੍ਹਾਂ ਧੋਖਾ ਕੰਮ ਨੇ ਕੀਤਾ। ਤੇ ਫਿਰ ਕੀ ਹੁੰਦਾ ਅਖੀਰ ਦੇ ਵਿੱਚ ਸਮੁੰਦਰੀ ਵਾਰ, ਮੰਤਰੀਆਂ ਦੀਆਂ ਕਹਾਣੀਆਂ ਖਤਮ ਹੋਈਆਂ, ਸਮੁੰਦਰੀ ਵਾਰ, ਸੱਤ ਬੁੱਧੀ ਆ ਗਈ, ਚੰਗੀ ਬੁੱਧੀ ਆ ਗਈ, ਕਿਹਨੂੰ ਆ ਗਈ? ਰਾਜੇ ਨੂੰ ਵੀ ਆ ਗਈ, ਸਮਾਜ ਨੂੰ ਵੀ ਆ ਗਈ, ਇਸਤਰੀਆਂ ਨੂੰ ਵੀ ਆ ਗਈ। ਸੱਤ ਬੁੱਧੀ ਆ ਗਈ ਤੇ ਸਭ ਜੋ ਆ ਗਿਆ। ਦੇਖੋ ਕੈਸੀ ਵਿਵਸਥਾ ਕਰਦੀ ਹੈ, ਸਭ ਜੋ ਆ ਗਿਆ। ਪਹਿਲਾਂ ਕਲਯੁਗ ਵਰਤਿਆ ਸੀ ਹਿੰਦੂ ਸ਼ਾਸਤਰ, ਦੇਖੋ ਪਹਿਲਾਂ ਸਤਯੁਗ, ਬਾਅਦ ਚ ਕਲਯੁਗ। ਇੱਥੇ ਪਹਿਲਾਂ ਕਲਯੁਗ ਸੀ, ਜਦੋਂ ਸਮਾਜ ਨੂੰ ਅੰਦਰ ਆ ਗਈ ਸਤਯੁਗ ਆ ਗਿਆ। ਸਤਯੁਗ ਆ ਗਿਆ ਤਾਂ ਨੇਕੀ ਵਾਸਤੇ ਸੰਘਰਸ਼ ਸ਼ੁਰੂ ਹੋ ਗਿਆ, ਔਰ ਨੇਕੀ ਵਾਸਤੇ ਸੰਘਰਸ਼ ਤਦੋਂ ਤੱਕ ਅਪੂਰਨ ਸੀ ਜਦੋਂ ਤੱਕ ਬਾਲਾ, ਬਾਲਾ ਕਿਹਨੂੰ ਕਹਿੰਦੇ ਨੇ? ਕੁਆਰੀ ਲੜਕੀ, ਕੁਆਰੀ ਲੜਕੀ ਦਾ ਭਾਵ ਕੀ? ਪਵਿੱਤਰ ਇਸਤਰੀ। ਜਦੋਂ ਤੱਕ ਪਵਿੱਤਰ ਇਸਤਰੀ ਪੁਰਸ਼ ਦੇ ਮੋਢੇ ਨਾਲ ਮੁੰਡਾ ਛੋੜ ਕੇ ਸੰਘਰਸ਼ ਨਹੀਂ ਕੀਤਾ ਸਮਾਜਿਕ ਉਸਾਨ ਵਾਸਤੇ, ਜਿੱਤ ਨਹੀਂ ਹੋ ਸਕੀ। ਇਤਨਾ ਵਿਜ਼ਨ, ਇਤਨੀ ਉੱਚੀ ਦ੍ਰਿਸ਼ਟੀ ਦੁਨੀਆ ਦੇ ਕਿਸੇ ਸਾਹਿਤ ਵਿੱਚ ਕਿਤੇ ਹੈ? ਤੇ ਇਸ ਨੂੰ ਨਕਾਰਦੇ ਅਸ਼ਲੀਲਤਾ, ਅਸ਼ਲੀਲਤਾ ਦਾ ਸ਼ੋਰ ਮਚਾ ਕੇ, ਇਹ ਇਤਨੀਆਂ ਸਿੱਖਿਆਦਾਇਕ ਕਹਾਣੀਆਂ, ਇਤਨਾ ਵੱਡਾ ਨੀਤੀ ਸ਼ਾਸਤਰ, ਜਿਹੜਾ ਰਾਜਿਆਂ ਨੂੰ ਵੀ, ਜਿਹੜਾ ਇਸਤਰੀ ਨੂੰ ਵੀ, ਜਿਹੜਾ ਪੁਰਸ਼ ਨੂੰ ਵੀ ਸਿੱਖਿਆ ਦੇਣ ਵਾਲਾ ਧਰਮ ਦਾ ਰਾਹ ਦੱਸਣ ਵਾਲਾ, ਉਹਨੂੰ ਹਟਾ ਕੇ ਤੇ ਧਰਮ ਦੇ ਰਾਹ 'ਤੇ ਚੱਲਣਾ ਹੈ। ਸੋ ਇਹ ਚੀਜ਼ਾਂ ਜਿਹੜੀਆਂ, ਜਿਹੜੀਆਂ ਖੂਬਸੂਰਤੀਆਂ ਦੱਸਣ ਰੱਖਦੀਆਂ ਨੇ, ਉਹਨਾਂ ਦਾ ਕੁਛ ਛੋਟਾ ਮੋਟਾ ਜਿੰਨੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੁੱਧੀ ਬਖਸ਼ਿਸ਼ ਕੀਤੀ ਹੈ, ਉਹਦਾ ਥੋੜ੍ਹਾ ਜਿਹਾ ਨੁਕਸਾਨ ਕਰ ਸਕਿਆ। ਇਹ ਤੇ ਬੇਅੰਤ ਖਜ਼ਾਨਾ ਹੈ। ਮੈਂ ਕਹਿੰਦਾ ਇਹ ਤੇ ਪੜ੍ਹੇ ਲਿਖੇ ਸਿਆਣੇ ਲੋਕ, ਧਾਰਮਿਕ ਲੋਕ ਇਸ ਤਰ੍ਹਾਂ ਦੇ ਪਾਪ ਕਰਦੇ ਨੇ। ਮੇਰਾ ਇੱਕ ਰਿਸ਼ਤੇਦਾਰ ਉਹ ਪੁਲਿਸ ਵਿੱਚ ਆ, ਤੇ ਮੈਂ ਉਹਨਾਂ ਕੋਲ ਗਿਆ, ਮੈਨੂੰ ਕਹਿੰਦਾ ਦੋ ਚੀਜ਼ਾਂ ਮੈਂ ਬਹੁਤੀਆਂ ਪੜ੍ਹ ਸੁਣਦੀ ਸੀ। ਮੈਂ ਕਿਹਾ ਕਿਹੜੀਆਂ? ਕਹਿੰਦਾ ਇੱਕ ਤੇ ਮੈਂ ਨੁਸਰਤ ਫਤਿਹ ਅਲੀ ਖਾਨ ਦੀ ਕੁਆਲੀ ਇੱਕ ਸੁਣ ਲੈਣਾ, ਅੱਗੇ ਨਹੀਂ ਜਾ ਸਕਦਾ, ਉਹਦਾ ਅੰਤ ਮੁੱਕ ਨਿਕਾ ਲਈ। ਦੂਜਾ ਕਹਿੰਦਾ ਦਸਮ ਗ੍ਰੰਥ ਦਾ ਜੇ ਮੈਂ ਇੱਕ ਕਵਿਤ ਪੜ੍ਹਾਂ, ਮੈਂ ਦੂਜਾ ਨਹੀਂ ਪੜ੍ਹ ਸਕਦਾ। ਕਿਉਂ? ਕਹਿੰਦਾ ਮੈਨੂੰ ਤਾਂ ਫਿਰ ਸਵਾਦ ਹੀ ਨਾ ਜਾਂਦਾ, ਉੱਥੇ ਰੁਕ ਜਾਂਦਾ। ਇਹਦੀ ਤੇ ਕਵਿਤਾ ਦਾ ਹੀ ਕੋਈ ਮੁਕਾਬਲਾ, ਇਹਦੇ ਵਿਚਾਰ ਦਾ ਕੋਈ ਮੁਕਾਬਲਾ ਨਹੀਂ। ਜਿਸ ਇਹਦੀ ਰੱਬੀ ਕਵਿਤਾ ਮੈਨੂੰ ਰੱਜ ਕੇ ਦੱਸਣ, ਕਹਿੰਦਾ ਵੱਡੇ ਵੱਡੇ ਪ੍ਰੋਫੈਸਰ ਜਿਹੜੇ ਆਪਣੇ ਨਾਵਾਂ ਨਾਲ ਲਿਖੀ ਫਿਰਦੇ ਨੇ, ਰੱਜ ਕੇ ਦੱਸਣ, ਤੋਂ ਪੜ੍ਹ ਸਕੇ, ਦੇਖੀਏ ਤਾਂ ਸਹੀ ਮੈਨੂੰ ਸਾਰਾ। ਤੋ ਜਿਸ ਜਿਸ ਜੋ ਕਵਿਤਾ ਇਤਨੀ ਅਮੀਰ ਹੈ, ਜਿਸ ਦੇ ਛੰਦ ਇਤਨੇ ਅਮੀਰ ਹਨ, ਮੈਂ ਇੱਕ ਬੇਨਤੀ ਕਰ ਰਿਹਾ ਸੀ, ਕ੍ਰਿਸ਼ਨਾ ਅਵਤਾਰ ਦੇ ਵਿੱਚ ਲਿਆ ਕੇ ਖੜਗ ਸਿੰਘ ਖੜਾ ਹੀ ਕੌਣ ਕਰ ਸਕਦਾ ਹੈ? ਜਿਹੜੀਆਂ ਪੁਰਾਣਿਕ ਕਹਾਣੀਆਂ ਹੁੰਦੀਆਂ ਨੇ ਬਾਈਬਲ ਦੀਆਂ ਕਹਾਣੀਆਂ, ਨਾ ਕੋਈ ਈਸਾਈ ਮਿਸ਼ਨਰੀ ਤੋੜ ਸਕਦਾ, ਨਾ ਯਹੂਦੀ ਤੋੜ ਬਣਾ ਸਕਦਾ, ਨਾ ਕੋਈ ਮੁਸਲਮਾਨ ਤੋੜ ਸਕਦਾ ਹੈ। ਪਰੰਤੂ ਕੁਰਾਨ ਵਿੱਚ ਉਹਨਾਂ ਨਾਲ ਇਸੇ ਤਰ੍ਹਾਂ ਦੀ ਛੇੜਛਾੜ ਹੋਈ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਦਸਮ ਗ੍ਰੰਥ ਵਿੱਚ ਹਿੰਦੁਸਤਾਨ ਦੀਆਂ ਪੁਰਾਣਿਕ ਕਹਾਣੀਆਂ ਨਾਲ ਹੋਈ ਹੈ। ਕਿਉਂ? ਕਿਉਂਕਿ ਪੈਗੰਬਰ ਨੂੰ ਅਧਿਕਾਰ ਹੈ ਕਿ ਉਹ ਪੁਰਾਣੀ ਪੁਰਾਣਿਕ ਕਹਾਣੀ ਨੂੰ ਨਵੇਂ ਰੂਪ ਵਿੱਚ ਬਿਆਨ ਕਰ ਸਕਦਾ ਹੈ। ਇਹ ਅਧਿਕਾਰ ਕਿਸੇ ਕਵੀ ਕੋਲ ਹੈ ਹੀ ਨਹੀਂ ਕਿ ਉਹ ਖੜਗ ਸਿੰਘ ਦੇ ਆ ਕੇ
ਕਰਦੇ ਨੇ ਕ੍ਰਿਸ਼ਨਾ ਅਵਤਾਰ, ਜੇ ਕਰਦਾ ਤਾਂ ਲੋਕਾਂ ਨੇ ਕਿਹਾ ਸੀ ਮੂਰਖ ਕਵੀ ਹੈ। ਭਗਤ ਸਿੰਘ ਕਿੱਥੋਂ ਆ ਗਿਆ? ਇਹ ਅਧਿਕਾਰ ਗੁਰੂਆਂ ਕੋਲ ਹੁੰਦੇ ਨੇ, ਕਿਉਂਕਿ ਉਹਨਾਂ ਨੇ ਪੁਰਾਣੀਆਂ ਕਹਾਣੀਆਂ ਵਿੱਚੋਂ ਨਵੀਂ ਲਾਈਫ ਪੈਦਾ ਕਰਨੀ ਹੈ, ਨਵਾਂ ਜੀਵਨ ਵਿੱਚ ਇਹ ਅਧਿਕਾਰ ਹੀ ਉਹਨਾਂ ਕੋਲ। ਸੋ ਇਸ ਕਰਕੇ ਮੇਰਾ ਨਿਵੇਦਨ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਯਤਨ ਕਰਨਾ ਚਾਹੀਦਾ, ਆਪ ਪੜ੍ਹੀਏ, ਵਿਚਾਰੀਏ ਤੇ ਫਿਰ ਆਪਣੇ ਭਰਾਵਾਂ ਭੈਣਾਂ ਨੂੰ ਸਮਝਾਈਏ ਕਿ ਭਾਈ ਇਹ ਜੇ ਧਰਮ ਦਾ ਰਾਹ ਹੈ, ਕੋਈ ਧਰਮ ਦਾ ਰਾਹ ਨਹੀਂ। ਬਾਕੀ ਜੇ ਜੋ ਸ਼ੈਤਾਨ ਬਣਾਇਆ ਸੀ ਫਿਰ ਚੇਤੋ ਤੇ ਗੱਲ ਜਿਹਨੂੰ ਰੱਬ ਗੁਮਰਾਹ ਕਰੇਗਾ ਉਹ ਬੰਦਾ ਸਿੱਧੇ ਰਸਤੇ ਨਹੀਂ ਆ ਸਕਦਾ। ਮੈਂ ਨਹੀਂ ਹੁਕਮ ਕਰਾਂ ਕਿ ਸਿੱਧੇ ਰਸਤੇ 'ਤੇ ਆ ਜਾਏਗਾ। ਬਹੁਤ ਬਹੁਤ ਧੰਨਵਾਦ। ਮੈਂ ਸਭ ਤੋਂ ਵੱਧ ਸਰਦਾਰ ਕਸ਼ਮੀਰ ਸਿੰਘ ਹੋਰਾਂ ਦਾ ਇਹਨਾਂ ਪੁਸਤਕ ਛਾਪ ਕੇ ਆਪ ਜੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਇਤਨਾ ਵੱਡਾ ਸਮਾਗਮ ਇਹਨਾਂ ਦੇ ਇਕੱਲੇ ਤੁਹਾਡੇ ਸਹਿਯੋਗ ਨਾਲ ਜਿਹੜਾ ਹੈ ਆਯੋਜਿਤ ਕੀਤਾ ਹੈ, ਮੇਰਾ ਦਿਲ 'ਚ ਕੋਈ ਯੋਗਦਾਨ ਹੈ ਨਹੀਂ। ਮੈਂ ਤਾਂ ਜਿੰਨਾ ਨੂੰ ਕਰ ਸਕਦਾ ਸੀ ਚਾਰ ਸ਼ਬਦ ਲਿਖ ਸਕਦਾ ਸੀ, ਲਿਖ ਕੇ ਇਹਨਾਂ ਦੇ ਦੇਤੇ ਨੇ ਇਹਨਾਂ ਦੇ। ਅਤੇ ਇਤਨੇ ਮਹਾਂਪੁਰਸ਼ ਮੈਂ ਕਿਸ ਕਿਸ ਦੀ ਸਿਫਤ ਕਰਾਂ? ਮੈਨੂੰ ਸਾਰਿਆਂ ਦੇ ਨਾਮ ਲਵਾਂਗਾ ਅਤੇ ਨਾਮ ਨਹੀਂ ਲਏ ਜਾਣੇ। ਕੁਝ ਐਸੇ ਮਹਾਂਪੁਰਸ਼ ਨੇ ਜਿਹਨਾਂ ਨੇ ਮੈਨੂੰ ਬੜੀ ਪ੍ਰੀਤ ਹੈ, ਮੇਰਾ ਦਿਲ ਕਰਦਾ ਵੀ ਇਹਨਾਂ ਦਾ ਨਾਮ ਮੈਂ ਜ਼ਰੂਰ ਲਵਾਂ, ਪਰੰਤੂ ਮੈਂ ਫਿਰ ਸੋਚਣਾ ਕਿ ਉਹਨਾਂ ਦਾ ਲੈ ਲਿਆ ਅਤੇ ਬਾਕੀਆਂ ਦਾ ਸ਼ਾਇਦ ਨਾ ਲੈ ਸਕਾਂ। ਇਹ ਜਿੰਨੇ ਤੁਸੀਂ ਆਏ ਹੋ ਸਾਰੇ ਹੀ ਦੇ ਮਹਾਨ ਪੁਰਸ਼ ਹੋ ਕੇ ਗੁਰੂ ਮਹਾਰਾਜ ਦੇ ਪਾਤਸ਼ਾਹ ਦੀ ਬਾਣੀ ਨੂੰ ਸਮਰਪਿਤ ਹੋ ਕੇ ਆਏ ਹੋ। ਮੈਂ ਸਾਰਿਆਂ ਦਾ ਆਪਣੇ ਵੱਲੋਂ ਸਰਦਾਰ ਕਸ਼ਮੀਰ ਸਿੰਘ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਆਪ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਇਹ ਜਿਹੜੀ ਪੁਸਤਕ ਇਹਨਾਂ ਨੇ ਪ੍ਰਕਾਸ਼ਿਤ ਕੀਤੀ ਹੈ ਇਹ ਅਸੀਂ ਸਾਰੇ ਰਲ ਮਿਲ ਕੇ ਆਪਣੇ ਸਿੱਖ ਭਰਾਵਾਂ ਤੱਕ ਪਹੁੰਚਾਈਏ, ਤਾਂ ਕਿ ਥੋੜ੍ਹਾ ਬਹੁਤ ਸਾਨੂੰ ਸਮਝ ਆ ਸਕੇ ਕਿ ਸ਼੍ਰੀ ਗੁਰੂ ਮਹਾਰਾਜ ਸਿੰਘ ਪਾਤਸ਼ਾਹ ਦੀ ਕਿੰਨੀ ਵੱਡੀ ਦੇਣ, ਕਿੰਨੀ ਵੱਡੀ ਕੰਟਰੀਬਿਊਸ਼ਨ ਹੈ। ਵੇਖੋ ਉਹ ਵੱਡਾ ਕਵੀ ਤੇ ਤਾਂ ਇਹਨਾਂ ਚਾਹੀਦਾ ਵੱਡਾ ਗ੍ਰੰਥ ਲਿਖੇ, ਜੇ ਉਹਨੇ ਇਕੱਲਾ ਜਾਤਸਾ ਵੀ ਲਿਖਿਆ ਹੋਇਆ ਤਾਂ ਕਿੱਡਾ ਕੁ ਵੱਡਾ ਕਵੀ ਕਿਉਂ ਬਣੇਗਾ? ਇੱਕ ਪਾਸੇ ਮਹਾਂਕਵੀ ਕਹਿੰਦੇ ਹੈ, ਇੱਕ ਪਾਸੇ ਕਹਿੰਦੇ ਲਿਖੀ ਕੁਛ। ਬਹੁਤ ਬਹੁਤ